ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸਹੁਰੇ ਨੇ, ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਸਾਡੇ ਨਾਲ ਵਾਸ਼ਿੰਗਟਨ DC ਤੋਂ ਸਕਾਈਪ ਰਾਹੀਂ ਜੁੜ ਚੁੱਕੇ ਹਨ। ਆਓ ਉਹਨਾਂ ਨਾਲ ਗੱਲਬਾਤ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਕਿੱਦਾਂ ਫੀਲ ਕਰ ਰਹੇ ਹੋ ਉੱਥੇ ਬੈਠੇ ਸਾਡੇ ਤੋਂ ਬਿਨਾਂ, ਸਟੂਡੀਓ ਤੋਂ ਬਿਨਾਂ? ਦੇਖੋ, ਨਿਊਯਾਰਕ ਵਾਸੀਆਂ ਤੋਂ ਬਿਨਾਂ ਵੀ ਤੇ ਸਟੂਡੀਓ ਤੋਂ ਬਿਨਾਂ ਵੀ, ਪਰ ਜਿਵੇਂ ਡਾਕਟਰ ਰਣਜੀਤ ਸਿੰਘ ਕਹਿੰਦੇ ਨੇ ਵੀ ਸਾਡਾ ਪੇਕਾ ਘਰ ਹੈ ਜੀ, ਔਰ ਜ਼ਾਹਰ ਹੈ ਵੀ ਭਾਵੇਂ ਵਿਆਹਤਾ ਜੀਵਨ ਵਾਲੇ 40 ਸਾਲ 50 ਸਾਲ ਵੀ ਇੱਕ ਥਾਂ ਤੇ ਰਹਿ ਰਹੇ ਹੋਣ, ਮੁੜ ਕੇ ਆ ਕੇ ਪੇਕਾ ਘਰ ਫਿਰ ਵੀ ਕੰਫਰਟੇਬਲ ਲੱਗਦਾ। ਹਾਲਾਂਕਿ ਜਿਵੇਂ ਮੈਂ ਕਿਹਾ ਸੀ ਵੀ ਫਿਜ਼ਾ ਦੇ ਵਿੱਚ ਕਰੋਨਾ ਹੈ, ਫਿਜ਼ਾ ਦੇ ਵਿੱਚ ਹਮਦਰਦੀ ਹੈ, ਪਿਆਰ ਵੀ ਹੈ, ਕਿਉਂਕਿ ਜਿਵੇਂ ਪਿਛਲੇ 2-3 ਦਿਨ ਤੋਂ ਸਮੁੱਚੇ ਮੈਟਰੋ ਏਰੀਏ ਦੀਆਂ ਸਿੱਖ ਸੰਗਤਾਂ ਧਾ ਕੇ ਭਾਈ ਨਰਿੰਦਰ ਸਿੰਘ ਹੋਰਾਂ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰ ਰਹੀਆਂ ਨੇ। ਔਰ ਅੱਜ ਸਿੱਖ ਸੈਂਟਰ ਵਰਜੀਨੀਆ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਆਰੰਭ ਹੋਏ ਨੇ ਜੀ। ਹੁਣ ਦੂਰੋਂ ਦੁਰਾਡਿਓ ਵੀ ਸੰਗਤਾਂ ਦੀ ਆਮਦ ਸ਼ੁਰੂ ਹੈ, ਅੱਜ ਦੁਪਹਿਰੇ ਵੀ, ਰਾਤ ਵੀ। ਸੋ ਕੁੱਲ ਮਿਲਾ ਕੇ ਜਿਵੇਂ ਮੈਂ ਅੱਗੇ ਕਿਹਾ ਸੀ ਵੀ ਇਸ ਕਿਸਮ ਦੇ ਓਕੇਜਨ ਬੇਸ਼ੱਕ ਵੈਰਾਗ ਔਰ ਦੁੱਖ ਦਾ ਅਹਿਸਾਸ ਵੀ ਕਰਵਾਉਂਦੇ ਨੇ, ਪਰ ਜਿਹੜੀ ਸਿੱਖ ਕੌਮ ਦੀ ਇੱਕ ਬੜੀ ਪੋਜ਼ਿਟਿਵ ਗੱਲ ਹੈ, ਇਹ ਟ੍ਰੇਟ ਹੈ ਕਿ ਅਸੀਂ ਨੋ ਮੈਟਰ ਆਪਸੀ ਡਿਫਰੈਂਸਿਸ ਵੀ ਹੋਣ, ਅਸੀਂ ਦੁੱਖ ਦੇ ਵਿੱਚ ਇਕੱਠੇ ਹੋ ਕੇ ਆਉਂਦੇ ਹਾਂ। ਇਹ ਗੱਲ ਔਰ ਇਹ ਕਰੈਕਟਰਿਸਟਿਕ ਮੈਂ ਸਮਝਦਾ ਵੀ ਗੁਰੂ ਦੀ ਬਖਸ਼ਿਸ਼ ਨਾਲ ਰਿਮਾਰਕੇਬਲ ਹੈ। ਸੋ ਜ਼ਾਹਰ ਹੈ ਵੀ ਅਸੀਂ ਇਸ ਵੇਲੇ ਜਿੱਥੇ ਭਾਈ ਨਰਿੰਦਰ ਸਿੰਘ ਦੇ ਪਰਿਵਾਰ ਦਾ ਹਿੱਸਾ ਹੋਣ ਦੇ ਨਾਤੇ ਆਇਆ ਗਿਆ ਦੇ ਨਾਲ ਕਮਿਊਨੀਕੇਟ ਕਰਦੇ ਹਾਂ, ਉੱਥੇ ਸਾਡੇ ਲਈ ਇਹ ਹੌਸਲੇ ਵਾਲੀ ਗੱਲ ਵੀ ਹੈ ਕਿ ਭਾਈ ਕੌਮ ਜਿਹੜੀ ਹੈ ਪੰਥ ਪ੍ਰਸਤੀ ਦੀ ਕਦਰਦਾਨ ਹੈ, ਔਰ ਪੰਥ ਪ੍ਰਸਤ ਹੋਣ ਦੇ ਨਾਤੇ ਜਿੰਨੇ ਵੀ ਵੀਰ ਭੈਣਾਂ ਨੇ ਉਹ ਇਸ ਗਮ ਦੇ ਵਿੱਚ ਸ਼ਰੀਕ ਹੋ ਰਹੇ ਨੇ। ਜੀ ਡਾਕਟਰ ਸਾਹਿਬ, ਤੁਸੀਂ ਸਾਨੂੰ ਆਪਣੇ ਵਾਸ਼ਿੰਗਟਨ DC ਜਿਹੜੀ ਫੇਰੀ ਜਿੱਥੇ ਤੁਸੀਂ ਗਏ ਹੈਗੇ ਉਹਦੇ ਬਾਰੇ ਸਾਨੂੰ ਤੁਸੀਂ ਅੱਜ ਦੱਸਿਆ, ਪਰ ਅਸੀਂ ਤੁਹਾਡੇ ਕੋਲ ਪੁੱਛਣਾ ਚਾਹੁੰਦੇ, ਜਿੱਦਾਂ ਤੁਹਾਡੇ ਕੋਲ ਹਮੇਸ਼ਾ ਹੀ ਇਸ਼ੂ ਪੁੱਛਦੇ ਹਾਂ ਅਸੀਂ ਹਮੇਸ਼ਾ ਹੀ, ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਅੱਜ ਕਿਹੜਾ ਮੇਨ ਇਸ਼ੂ ਜੋ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨ ਜਾ ਰਹੇ ਹੋ ਉਹ ਤੁਸੀਂ ਸਾਨੂੰ ਦੱਸੋ। ਦੇਖੋ, ਕੱਲ ਅਸੀਂ ਦਲਿਤ ਫੈਕਟਰ ਦੀ ਅਹਿਮੀਅਤ ਦੀ ਗੱਲ ਕੀਤੀ ਸੀ, ਹਾਲਾਂਕਿ ਉਦੋਂ ਗੁਜਰਾਤ ਦੇ ਸੌਰਾਸ਼ਟਰ ਖੇਤਰ ਦੇ ਵਿੱਚ ਪ੍ਰੋਟੈਸਟ ਦੀ ਗੱਲ ਹੋਈ ਸੀ, ਔਰ ਇਹ ਵੀ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ BJP ਦੇ ਨੰਬਰ 2 ਮੈਨ ਜਿਹੜਾ ਉਸਨੇ ਬਦਕਲਾਮੀ ਕੀਤੀ, ਔਰ BJP ਨੇ ਵੀ ਇਹ ਰਿਅਲਾਈਜ਼ ਕੀਤਾ ਵੀ ਇਹ ਬਹੁਤ ਵੱਡੀ ਉਹਨਾਂ ਦੇ ਲਈ ਰੁਕਾਵਟ ਹੋਏਗੀ UP ਦੀਆਂ ਚੋਣਾਂ ਦੇ ਮੱਦੇਨਜ਼ਰ, ਉਸਨੇ ਉਸਨੂੰ ਸਾਰੇ ਅਹੁਦਿਆਂ ਤੋਂ ਹਟਾਇਆ ਵੀ। ਪਰ ਇਹਦੇ ਬਾਵਜੂਦ ਮਾਇਆਵਤੀ ਵੀ ਇੱਕ ਸ਼ਰੂਡ ਪੋਲੀਟੀਸ਼ੀਅਨ ਹੈ, ਜਿਸ ਤਰੀਕੇ ਨਾਲ ਉਸਨੇ ਇਸ ਸਾਰੇ ਮੁੱਦੇ ਨੂੰ UP ਦੇ ਵਿੱਚ ਉਭਾਰਿਆ। ਲਖਨਊ ਦੇ ਵਿੱਚ ਬਹੁਤ ਵੱਡੀ ਰੈਲੀ ਹੋਈ ਹੈ, ਔਰ ਗੁਜਰਾਤ ਦੇ ਵਿੱਚ ਬਰਾਬਰ ਪ੍ਰੋਟੈਸਟ ਜਾਰੀ ਨੇ, ਮਹਾਰਾਸ਼ਟਰ ਮੁੰਬਈ ਦੇ ਵਿੱਚ ਵੀ ਖੱਬੇ ਪੱਖੀ ਔਰ ਡਾਕਟਰ ਅੰਬੇਦਕਰ ਨਾਲ ਸੰਬੰਧਿਤ ਜਥੇਬੰਦੀਆਂ ਨੇ ਬਹੁਤ ਜ਼ੋਰਦਾਰ ਰੈਲੀ ਕੀਤੀ ਹੈ। ਪੰਜਾਬ ਦੇ ਵਿੱਚ ਵੀ ਬਹੁਜਨ ਸਮਾਜ ਪਾਰਟੀ ਨੇ ਇਸ ਨੂੰ ਮੁੱਦਾ ਬਣਾਇਆ, ਔਰ 22 ਤਰੀਕ ਜਿਵੇਂ ਮੈਂ ਜ਼ਿਕਰ ਕੀਤਾ ਸੀ ਕਿ ਦਲ ਖਾਲਸਾ ਵੱਲੋਂ ਪ੍ਰੋਟੈਸਟ ਵੀ ਔਰ ਜਿਹੜੀ ਹੈ ਰੈਲੀ ਦਾ ਵੀ ਇਸ ਸਾਰੇ ਦੇ ਨਾਲ ਜੁੜਿਆ ਹੋਇਆ ਆਯੋਜਨ ਹੈ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਕਿ ਜਿੱਥੇ ਇੱਕ ਪਾਸੇ ਕਸ਼ਮੀਰ ਮੁੱਦਾ ਇਸ ਦੇ ਨਾਲ ਥੋੜਾ ਜਿਹਾ ਬੈਕ ਬਰਨਰ ਤੇ ਗਿਆ, ਕਸ਼ਮੀਰ ਦੇ ਵਿੱਚ ਉਸੇ ਤਰ੍ਹਾਂ ਹੀ ਫੌਜੀ ਜ਼ੁਲਮ ਜਾਰੀ ਨੇ,
ਪਰ ਇਹ ਇੱਕ ਸਪਾਰਕ ਜਿਹੜੀ ਕਿ ਸਾਹਮਣੇ ਆਈ ਹੈ, ਔਰ ਜੇ ਇਸ ਫੈਕਟਰ ਦੇ ਵਿੱਚੋਂ ਅੱਜ ਮੈਂ ਦੇਖ ਰਿਹਾ ਸੀ ਕਿ ਟ੍ਰਿਬਿਊਨ ਦਾ ਐਡੀਟੋਰੀਅਲ ਇਸ ਦੇ ਉੱਤੇ ਹੈ ਕਿ ਇਹ ਬੀਜੇਪੀ ਨੂੰ ਬਹੁਤ ਮਹਿੰਗਾ ਪਏਗਾ, ਜਿਵੇਂ ਬਿਹਾਰ ਚੋਣਾਂ ਤੋਂ ਪਹਿਲੇ ਮੋਹਨ ਭਾਗਵਤ ਨੇ ਉੱਥੇ ਜਾ ਕੇ ਰਿਜ਼ਰਵੇਸ਼ਨ ਖਤਮ ਕਰਨ ਦੀ ਗੱਲ ਕੀਤੀ ਸੀ, ਔਰ ਉਹ ਟ੍ਰਿਬਿਊਨ ਐਡੀਟੋਰੀਅਲ ਮੁਤਾਬਕ ਇਹ ਇੱਕ ਕਾਰਨ ਬਣਿਆ ਉਹਨਾਂ ਦੇ ਲੂਜ਼ ਕਰਨ ਦਾ। ਉਸਨੇ ਕਿਹਾ ਕਿ ਭਾਵੇਂ ਬੀਜੇਪੀ ਹੁਣ ਡੈਮੇਜ ਕੰਟਰੋਲ ਕਰ ਰਹੀ ਹੈ, ਪਰ ਜੇ ਦਲਿਤ ਔਰ ਮੁਸਲਿਮ ਫੈਕਟਰ ਇਕੱਠਾ ਹੁੰਦਾ, ਔਰ ਕੱਲ੍ਹ ਅਸੀਂ ਇਸ ਦੇ ਵਿੱਚ ਇਹ ਕਿਹਾ ਸੀ ਕਿ ਵੀ ਇਹ ਜੇ ਇਸ ਦੇ ਨਾਲ ਸਿੱਖ ਰਲਦੇ ਨੇ ਤੇ ਇਹ ਗੱਲ ਬਹੁਤ ਅੱਗੇ ਤੱਕ ਜਾਏਗੀ, ਔਰ ਇਹ ਬੀਜੇਪੀ ਨੂੰ ਜਿਹੜਾ ਇਹ 2-2.5 ਸਾਲ ਤੋਂ ਅਨਚੈਲੇਂਜ ਜਾ ਰਹੇ ਸੀ, ਇਹ ਚੈਲੇਂਜ ਸਾਹਮਣੇ ਆਇਆ। ਪਰ ਜੀ ਇਹ ਕਿਉਂਕਿ ਇਸ਼ੂ ਜਿਵੇਂ ਅਸੀਂ ਕੱਲ ਕਿਹਾ ਸੀ ਔਰ ਅੱਜ ਇਸ ਦੇ ਉੱਤੇ ਚੱਲ ਰਿਹਾ, ਇਸ ਨੂੰ ਮੈਂ ਐਜ਼ ਏ ਫਾਲੋ ਅਪ ਕਮੈਂਟ ਹੀ ਕੀਤਾ। ਪਰ ਅਸੀਂ ਦੇਖ ਰਹੇ ਹਾਂ ਵੀ ਜਿਵੇਂ ਭਾਰਤ ਦੀ ਇੱਕ ਪਾਸੇ ਤਾਂ ਅੰਦਰੂਨੀ ਜਿਸ ਕਿਸਮ ਦਾ ਇਹਨਾਂ ਦਾ ਗੁੰਡਾ ਬ੍ਰਿਗੇਡ, RSS ਦੇ ਥੱਲੇ ਬਜਰੰਗ ਦਲ ਦੂਜਿਆਂ ਤੀਜਿਆਂ ਨੇ ਸੀ, ਉਸ ਦਾ ਜਿਹਨੂੰ ਕਹਿੰਦੇ ਨੇ ਕਿ ਭਾਈ ਜੋ ਬੀਜਿਆ ਜਾਂਦਾ ਉਹ ਹੁਣ ਵੱਢ ਰਹੇ ਨੇ, ਔਰ ਇਸੇ ਤਰ੍ਹਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਵੀ ਮੈਂ ਸਮਝਦਾ ਵੀ ਭਾਰਤ ਨੂੰ ਪੁੱਠਾ ਗੇੜਾ ਜਾਂ ਪੁੱਠਾ ਗੇਅਰ ਜਿਹੜਾ ਹੈ ਉਹ ਇਹਨਾਂ ਦਾ ਲੱਗਣਾ ਸ਼ੁਰੂ ਹੋਇਆ। ਇੱਕ ਬਹੁਤ ਵੱਡੀ ਡਿਫੀਟ ਸੀ ਨਿਊਕਲੀਅਰ ਸਪਲਾਇਰ ਗਰੁੱਪ ਦੇ ਵਿੱਚ ਮੈਂਬਰਸ਼ਿਪ ਨਾ ਮਿਲਣ ਦੀ, ਪਰ ਅਮਰੀਕਾ ਨੇ ਥਾਪੀ ਦਿੱਤੀ ਸੀ, ਕਿਹਾ ਸੀ ਜੀ ਕੋਈ ਫਿਕਰ ਨਾ ਕਰੋ ਅਗਲੀ ਮੀਟਿੰਗ ਤੱਕ ਅਕਤੂਬਰ ਨਵੰਬਰ ਤੱਕ ਹੋ ਜਾਏਗਾ। ਲੇਕਿਨ ਅੱਜ ਚਾਈਨਾ ਨੇ ਬੜੀ ਕਲੀਅਰਲੀ, ਔਰ ਸੁਸ਼ਮਾ ਸਵਰਾਜ ਨੇ ਵੀ ਇਸ ਕਿਸਮ ਦੀ ਕੋਈ ਗੱਲ ਕੀਤੀ ਪਿਛਲੇ ਦਿਨਾਂ 'ਚ ਕਿ ਨਹੀਂ ਅਸੀਂ ਜਿਹੜਾ NPT ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦਾ ਦਸਤਖਤ ਨਹੀਂ ਕਰਾਂਗੇ, ਔਰ ਅੱਜ ਮੈਂ ਦੇਖ ਰਿਹਾ ਸੀ ਵੀ ਚਾਈਨਾ ਦੀ ਅਫੀਸ਼ੀਅਲ ਸਟੇਟਮੈਂਟ ਇਸ ਦੇ ਉੱਤੇ ਹੈ ਕਿ ਜਦੋਂ ਤੱਕ ਭਾਰਤ ਇਸ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਦੇ ਉੱਤੇ ਦਸਤਖਤ ਨਹੀਂ ਕਰਦਾ, ਉਹਨੇ ਕਿਹਾ ਜੀ ਕਿਹੜੇ ਨੋਰਮ ਨੇ, ਉਹਨਾਂ ਕਿਹਾ ਜੀ ਨਿਊਕਲੀਅਰ ਸਪਲਾਇਰ ਗਰੁੱਪ ਦੇ ਅਸੂਲ ਅਸੀਂ ਥੋੜੀ ਬਣਾਏ ਹੋਏ ਨੇ ਜਾਂ ਕਾਨੂੰਨ ਅਸੀਂ ਥੋੜੀ ਬਣਾਏ ਹੋਏ ਨੇ। ਪਰ ਹੈ ਕਿ ਜਦੋਂ ਤੱਕ ਭਾਰਤ ਇਸ ਸੰਧੀ ਨੂੰ ਨਹੀਂ ਮੰਨਦਾ, ਕੋਈ ਤਰੀਕਾ ਨਹੀਂ ਹੈ ਕਿ ਭਾਰਤ ਜਿਹੜਾ ਉਹ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰਸ਼ਿਪ ਲੈ ਸਕੇ। ਸੋ ਜ਼ਾਹਰ ਹੈ ਵੀ ਇੱਕ ਪਾਸੇ ਚਾਈਨਾ ਨੇ ਆਪਣਾ ਸਟੈਂਡ ਹੋਰ, ਹਾਲਾਂਕਿ ਚਾਈਨੀਜ਼ ਸਟਾਈਲ ਨਹੀਂ, ਚਾਈਨੀਜ਼ ਵੀ ਜਿਹੜੇ ਨੇ ਬ੍ਰਿਟਿਸ਼ ਡਿਪਲੋਮੇਸੀ ਦੀ ਤਰ੍ਹਾਂ ਅੰਡਰਸਟੇਟਮੈਂਟ ਦਿੰਦੇ ਨੇ, ਉਹ ਪਬਲਿਕਲੀ ਬਹੁਤ ਘੱਟ ਕਹਿਣਗੇ, ਲੇਕਿਨ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਉਹਨਾਂ ਦੀ ਡਿਪਲੋਮੇਸੀ ਹੁੰਦੀ ਹੈ। ਪਰ ਜੇ ਹੁਣ ਚਾਈਨਾ ਨਿੱਤਰੇ ਤੌਰ ਦੇ ਉੱਤੇ ਇਸ ਕਿਸਮ ਦੀ ਲਾਈਨ ਲੈ ਰਿਹਾ, ਔਰ ਦੂਸਰੀ ਖ਼ਬਰ ਜਦੋਂ ਮੈਂ ਇਹਨਾਂ ਦੋਨਾਂ ਨੂੰ ਮਿਲਾ ਕੇ ਦੇਖਦਾ ਤੇ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਅਮਰੀਕਾ ਨੂੰ ਖੁਸ਼ ਕਰਨ ਦੇ ਲਈ ਜਾਂ ਥੋੜੀਆਂ ਬਹੁਤ ਰਿਆਇਤਾਂ ਲੈਣ ਦੇ ਨਾਂ ਥੱਲੇ ਜਿਵੇਂ ਚਾਈਨਾ ਨੂੰ ਅਫੈਂਡ ਕੀਤਾ, ਔਰ ਇਸ ਦੇ ਵਿੱਚ ਜਿਵੇਂ ਭਾਰਤ ਨੇ ਜਦੋਂ ਸਾਊਥ ਚਾਈਨਾ ਸੀ ਦੇ ਉੱਤੇ ਜਿਹੜਾ ਟ੍ਰਿਬਿਊਨਲ ਦਾ ਫੈਸਲਾ ਆਇਆ, ਭਾਰਤ ਨੇ ਕੱਛਾਂ ਵਜਾਈਆਂ, ਔਰ ਇਸੇ ਤਰ੍ਹਾਂ ਜਿਹੜਾ ਇਹ ਸਾਊਥ ਕੋਰੀਆ, ਵਿਤਨਾਮ, ਫਿਲੀਪੀਨਸ, ਆਸਟ੍ਰੇਲੀਆ, ਇਹ ਸਾਰੇ ਜਿਹੜੇ ਐਂਟਾਈ ਚਾਈਨਾ ਗਰੁੱਪ ਜਿਹਨੂੰ ਇਕੱਠਾ ਕੀਤਾ ਅਮਰੀਕਾ ਨੇ, ਇਹਨਾਂ ਦੇ ਨਾਲ ਵੀ ਆਪਣੇ ਆਪ ਨੂੰ ਜਿਹੜਾ ਉਹ ਸੰਬੰਧਿਤ ਕਰ ਰਹੇ ਨੇ। ਸੋ ਚੀਨ ਨੇ ਇੱਕ ਪਾਸੇ ਨਿਊਕਲੀਅਰ ਸਪਲਾਇਰ ਗਰੁੱਪ ਦੇ ਮੁੱਦੇ ਤੇ ਇਹਨਾਂ ਨੂੰ ਦਰਵਾਜ਼ਿਓਂ ਬਾਹਰ ਕੱਢ ਦਿੱਤਾ, ਔਰ ਦੂਸਰੇ ਪਾਸੇ ਜਿਹੜੀ ਭਾਰਤ ਨੇ ਆਪਣਾ ਪਿਛਲੇ ਦਿਨਾਂ 'ਚ ਖ਼ਬਰ ਸੀ ਕਿ ਜੀ ਭਾਰਤ ਨੇ ਜਿਹੜੀ ਲੱਦਾਖ ਦੇ ਵਿੱਚ ਸਰਹੱਦ ਦੇ ਨਾਲ ਦੀ ਚਾਈਨਾ ਦੇ ਨਾਲ ਲੱਗਦੀ ਹੈ, ਉੱਥੇ 50 ਤੋਂ ਜ਼ਿਆਦਾ ਟੈਂਕ ਲਿਆ ਕੇ ਖੜੇ ਕਰ ਦਿੱਤੇ ਨੇ, ਔਰ ਇਹ ਜਿਹੜੀ ਡਿਵੈਲਪਮੈਂਟ ਹੈ ਇਸ ਨੂੰ ਚਾਈਨਾ ਨੇ ਬੜਾ ਅਗੇਨ ਰਿਐਕਟ ਕੀਤਾ। ਇਹ ਦੱਸਦੇ ਹੈ ਕਿ ਵੀ ਇਹ ਤੁਹਾਡਾ ਪਾਰਟ ਐਕਸੈਪਟੇਬਲ ਨਹੀਂ, ਔਰ ਮੈਂ ਅੰਗਰੇਜ਼ੀ ਟ੍ਰਿਬਿਊਨ ਦੀ ਖ਼ਬਰ ਹੀ ਦੇਖ ਰਿਹਾ ਸੀ ਉਹਦੇ 'ਚ, ਕਿਉਂਕਿ ਚਾਈਨਾ ਦਾ ਜਿਹੜਾ ਤਰੀਕਾ ਉਹਨਾਂ ਦੀ ਕੁਛ ਚੀਜ਼ਾਂ ਉਹਨਾਂ ਦੀ ਕਮਿਊਨਿਸਟ ਪਾਰਟੀ ਵੱਲੋਂ ਸਟੇਟਮੈਂਟਸ ਹੁੰਦੀਆਂ ਨੇ, ਕੁਛ ਜਿਹੜੀਆਂ ਨੇ ਉਹਨਾਂ ਦਾ ਜਿਹੜਾ ਸਟੇਟ ਰਨ ਅਖਬਾਰਾਂ ਨੇ
ਉਹਨਾਂ ਦੇ ਵਿੱਚ ਉਹਨਾਂ ਦੀ ਸਟੇਟਮੈਂਟ ਹੁੰਦੀ ਹੈ, ਪਰ ਇਹ ਹੁੰਦੀ ਅਲਟੀਮੇਟਲੀ ਚਾਈਨਾ 'ਚ ਉਹੀ ਕੁਛ ਛਪਦਾ ਜੋ ਉਹਨਾਂ ਦੀ ਆਫੀਸ਼ੀਅਲ ਲਾਈਨ ਹੁੰਦੀ ਹੈ। ਔਰ ਇਹ ਖਬਰ ਹੈ, ਇੰਡੀਅਨ ਟੈਕਸ ਨੀਅਰ ਚਾਈਨਾ ਬਾਰਡਰ ਮੇ ਹਰਟ ਇਨਵੈਸਟਮੈਂਟਸ ਚਾਈਨੀਜ਼ ਮੀਡੀਆ ਜੀ। ਚਾਈਨਾ ਦੇ ਨਾਲ ਜੇ ਮੈਂ ਗਲਤ ਨਾ ਹੋਵਾਂ ਤੇ ਚਾਈਨਾ ਦੇ ਤੇ ਭਾਰਤ ਦਾ ਲਗਭਗ 75 to 80 billion dollars ਦੀ ਟ੍ਰੇਡ ਹੈ ਚੀਨ ਦੀ, ਜਿਹੜੀ ਕਿ ਪਿਛਲੇ ਸਾਲਾਂ ਦੇ ਵਿੱਚ ਵਧੀ। ਔਰ ਬੇਸ਼ੱਕ ਚੀਨ ਦੇ ਨਾਲ ਭਾਰਤ ਦਾ ਬਾਰਡਰ ਡਿਸਪੂਟ ਰਿਹਾ, ਪਰ ਚਾਈਨਾ ਨੇ ਇਸ ਪਾਸੇ ਥੋੜਾ ਲਿਬਰਲ ਐਟੀਚਿਊਡ ਰੱਖਿਆ ਕਿ ਬਾਰਡਰ ਡਿਸਪੂਟ ਕੋਈ ਨੀ, ਆਪਸੀ ਗੱਲਬਾਤ ਨਾਲ ਬਾਅਦ ਚ ਹੱਲ ਕਰ ਲਾਂਗੇ ਜੀ, ਪਹਿਲਾਂ ਅਸੀਂ ਵਪਾਰਕ ਜਿਹੜੇ ਸੰਬੰਧ ਨੇ ਉਹਨਾਂ ਨੂੰ ਹੋਰ ਮਜ਼ਬੂਤ ਕਰੀਏ। ਔਰ ਨਰਿੰਦਰ ਮੋਦੀ ਗੁਜਰਾਤ ਦਾ ਮੁੱਖ ਮੰਤਰੀ ਹੁੰਦਿਆਂ ਹੋਇਆ ਵੀ 3-4 ਵਾਰ ਚੀਨ ਗਿਆ ਸੀ, ਔਰ ਚੀਨ ਸਮਝਦਾ ਸੀ ਕਿ ਇਸ ਬਾਣੀਏ ਦੇ ਨਾਲ, ਕਿਉਂਕਿ ਹੁਣ ਪ੍ਰਾਈਮ ਮਿਨਿਸਟਰ ਬਣ ਗਏ, ਔਰ ਗੁਜਰਾਤ ਦੇ ਵੇਲੇ ਵੀ ਇਹਦੇ ਬਾਵਜੂਦ ਕਿ ਇਹਨੇ ਆਪਣਾ ਹਿੰਦੂਤਵਾ ਦਾ ਕੋਝਾ ਚਿਹਰਾ ਹਮੇਸ਼ਾ ਬੜਾ ਜਿਹੜਾ ਉਹ ਉਭਾਰ ਕੇ ਰੱਖਿਆ, ਪਰ ਚੀਨ ਪਰ ਇਸ ਦਾ ਕਦੇ ਵੀ ਸਖ਼ਤ ਐਟੀਚਿਊਡ ਨਹੀਂ ਸੀ। ਲੇਕਿਨ ਹੁਣ ਇਹ ਨਜ਼ਰ ਆ ਰਿਹਾ ਵੀ ਚਾਈਨਾ ਨੇ ਮੈਸੇਜ ਦਿੱਤਾ ਕਿ ਜਿਹਨੂੰ ਅੰਗਰੇਜ਼ੀ ਚ ਕਹਿੰਦੇ ਨੇ ਇੱਕ ਅਖਾਣ ਹੈ ਕਿ ਯੂ ਕਾਂਟ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡਸ ਜੀ। ਤੁਸੀਂ ਇੱਕੋ ਵੇਲੇ, ਇਹ ਨਹੀਂ ਹੈ ਵੀ ਸਹਿ ਦੇ ਨਾਲ ਵੀ ਹਮਦਰਦੀ ਰੱਖੋ ਤੇ ਸ਼ਿਕਾਰੀ ਕੁੱਤਿਆਂ ਦੇ ਨਾਲ ਵੀ ਹੋਵੋ। ਤੁਸੀਂ ਕਹੋ ਜੀ ਅਸੀਂ ਭੱਜਾਂਗੇ ਸਹਿ ਦੇ ਨਾਲ ਤੇ ਜਿਹੜਾ ਅਸੀਂ ਸ਼ਿਕਾਰ ਕਰਾਂਗੇ ਸ਼ਿਕਾਰੀ ਕੁੱਤਿਆਂ ਦੇ ਨਾਲ, ਜਾਂ ਤੁਸੀਂ ਸਹਿ ਨਾਲ ਜਾਂ ਸ਼ਿਕਾਰੀ ਕੁੱਤਿਆਂ ਨਾਲ ਜੀ। ਉਹਦਾ ਇਹ ਮੋਦੀ ਨੇ ਔਰ ਇਸ ਮੋਦੀ ਸਰਕਾਰ ਨੇ ਬਿਲਕੁਲ ਨੰਗੇ ਚਿੱਟੇ ਜਿਹੜਾ ਭਾਰਤ ਦੀ ਰਾਜ, ਦੇਖੋ ਬੇਸ਼ੱਕ ਨਹਿਰੂ ਦਾ ਜਾਂ ਉਸ ਤੋਂ ਬਾਅਦ ਦੇ ਜਿੰਨੇ ਵੀ ਰਹੇ ਪ੍ਰਾਈਮ ਮਿਨਿਸਟਰ, ਉਹਨਾਂ ਦੀਆਂ ਸਿੱਖਾਂ ਪ੍ਰਤੀ ਨੀਤੀਆਂ ਤਾਂ ਹਮੇਸ਼ਾ ਹੀ ਜਿਹੜੀਆਂ ਨੇ ਉਹ ਡਿਸਕ੍ਰਿਮੀਨੇਟਰੀ ਰਹੀਆਂ, ਰਿਵੈਂਜਫੁਲ ਰਹੀਆਂ, ਸਿੱਖੀ ਨੂੰ ਖਤਮ ਕਰਨ ਦੀਆਂ ਰਹੀਆਂ। ਪਰ ਇੱਕ ਕ੍ਰੈਡਿਟ ਉਹਨਾਂ ਨੂੰ ਜ਼ਰੂਰ ਦੇਣਾ ਬਣਦਾ, ਨਹਿਰੂ ਦੇ ਜ਼ਮਾਨੇ ਤੋਂ। ਬੇਸ਼ੱਕ ਨਹਿਰੂ ਦੀ ਆਪਣੀ ਵਿਚਾਰਧਾਰਾ ਜਿਵੇਂ ਉਹ ਪ੍ਰੋਜੈਕਟ ਕਰਦਾ ਸੀ, ਸੋਸ਼ਲਿਸਟਿਕ ਸੀ, ਸਮਾਜਵਾਦੀ ਸੀ, ਲੇਕਿਨ ਉਹਨੇ ਅਮਰੀਕਾ ਔਰ ਸੋਵੀਅਤ ਯੂਨੀਅਨ ਦੋਨਾਂ ਦੇ ਨਾਲ ਬੈਲੈਂਸ ਰੱਖਿਆ, ਦੋਨਾਂ ਤੋਂ ਹੀ ਮਦਦ ਵੀ ਲਈ। ਜੇ ਚਾਈਨਾ ਵਾਰ ਵੇਲੇ ਅਮਰੀਕਾ ਜਿਹੜਾ ਭਾਰਤ ਦੀ ਮਦਦ ਤੇ ਉਤਰਿਆ ਤੇ ਬੰਗਲਾਦੇਸ਼ ਤੇ ਜਦੋਂ ਬਣਾਇਆ ਗਿਆ, ਭਾਰਤ ਨੇ ਫੌਜ ਭੇਜੀ, ਅਮਰੀਕਾ ਦਾ 7th ਫਲੀਟ ਜਿਹੜਾ ਉਹ ਸਮੁੰਦਰ ਚ ਸੀ, ਔਰ ਸੋਵੀਅਤ ਯੂਨੀਅਨ ਨਾਲ ਇੰਦਰਾ ਗਾਂਧੀ ਨੇ ਜਿਹੜੀ ਆ ਉਹ ਸੰਧੀ ਕੀਤੀ ਸੀ। ਸੋ ਕੁੱਲ ਮਿਲਾ ਕੇ ਭਾਰਤ ਨੇ ਇੱਕ ਮੂਵਮੈਂਟ ਜਿਹਨੂੰ ਨੋਨ ਅਲਾਈਨਮੈਂਟ ਮੂਵਮੈਂਟ ਕਹਿੰਦੇ ਸੀ, NAM, ਉਸ ਦੇ ਵਿੱਚ 70 ਦੇ ਕਰੀਬ ਦੇਸ਼ ਆਪਣੇ ਨਾਲ ਜੋੜੇ ਹੋਏ ਸੀ, ਜਿਹਨਾਂ ਦਾ ਇਹ ਕਹਿਣਾ ਸੀ ਕਿ ਜੀ ਅਸੀਂ ਇਹ ਜਿਹੜੀ 2 ਬਲੋਕ ਬਣੇ ਹੋਏ ਨੇ ਸੋਵੀਅਤ ਯੂਨੀਅਨ ਔਰ ਅਮਰੀਕਾ ਦੇ, ਅਸੀਂ ਇਹਨਾਂ ਦੋਨਾਂ ਬਲੋਕਸ ਤੋਂ ਵੱਖਰੇ ਹਾਂ, ਸਾਡੀ ਜਿਹੜੀ ਨੀਤੀ ਆ ਉਹ ਨੋਨ ਅਲਾਈਨਮੈਂਟ ਦੀ ਹੈ ਜੀ। ਹੁਣ ਜਿਹੜਾ ਮੋਦੀ ਨੇ ਉਸ ਨੂੰ ਤੋੜਿਆ, ਹਾਲਾਂ ਭਾਰਤ ਜਦੋਂ ਸੋਵੀਅਤ ਯੂਨੀਅਨ ਟੁੱਟਿਆ ਭਾਰਤ ਲਈ ਸੌਖਾ ਨਹੀਂ ਸੀ ਅਮਰੀਕਾ ਵੱਲ ਮੁੜਨਾ, ਲੇਕਿਨ ਫਿਰ ਵੀ ਇਸ ਪਾਰਟ ਦੇ ਵਿੱਚ 90s ਦੇ ਵਿੱਚ ਨਰਸਿਮਹਾ ਰਾਓ ਦੇ ਵੇਲੇ ਜਦੋਂ ਮਨਮੋਹਨ ਸਿੰਘ ਫਾਈਨੈਂਸ ਮਿਨਿਸਟਰ ਬਣਿਆ, ਅਮਰੀਕਾ ਨੂੰ ਵੀ ਨਜ਼ਰ ਆਇਆ ਵੀ, ਕਿਉਂਕਿ ਮਨਮੋਹਨ ਸਿੰਘ ਵਰਲਡ ਬੈਂਕ 'ਚ ਰਿਹਾ ਸੀ, ਕਿ ਭਾਈ ਅਸੀਂ ਜਿਹੜਾ ਇਹਨਾਂ ਦਾ ਇੰਸਪੈਕਟਰੀ ਰਾਜ ਤੋੜ ਸਕਦੇ ਹਾਂ, ਇਨਵੈਸਟਮੈਂਟ ਦੇ ਦਰਵਾਜ਼ੇ ਖੁੱਲ੍ਹੇ, ਕਿਉਂਕਿ ਨੀਤੀ ਘਾੜਿਆਂ ਨੂੰ ਵੀ ਅਲਟੀਮੇਟਲੀ ਜਿਹੜੇ ਇਹ ਇਹਨਾਂ ਦੀਆਂ ਕਾਰਪੋਰੇਸ਼ਨਸ ਨੇ ਉਹੀ ਉਹਨਾਂ ਦੀ ਹੀ ਨੀਤੀ ਚੱਲਦੀ ਹੈ। ਔਰ ਚੰਗਾ ਹੁੰਦਾ ਕਿ ਵੀ ਹਾਲਾਂਕਿ ਰਸ਼ੀਆ ਪੁਤਿਨ ਦੇ ਥੱਲੇ ਸਟੇਬਲ ਹੋ ਗਿਆ, ਔਰ ਇਸ ਵੇਲੇ ਕੋਈ ਰਸ਼ੀਆ ਨੌਨਸੈਂਸ ਪਾਵਰ ਨਹੀਂ ਹੈ, ਰਸ਼ੀਆ ਦਾ ਵਾਪਸ ਉਭਾਰ ਹੋਇਆ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਭਾਰਤ ਜਾਂ ਮੋਦੀ ਸਰਕਾਰ ਖੁੱਲ੍ਹ ਕੇ ਅਮਰੀਕਾ ਦੀ ਗੋਦ ਵਿੱਚ ਜਾ ਡਿੱਗੀ ਹੈ, ਉਸ ਦਾ ਦੂਜੇ ਪਾਸੇ ਨਤੀਜਾ ਇਹ ਹੈ ਕਿ ਪੁਤਿਨ ਜਾਂ ਰਸ਼ੀਆ ਦਾ ਡਿਫੈਂਸ ਮਿਨਿਸਟਰ ਪਿਛਲੇ ਮਹੀਨੇ 'ਚ ਪਹਿਲੀ ਵਾਰ ਪਾਕਿਸਤਾਨ ਆਇਆ, ਉਹਨਾਂ ਨੇ ਪਾਕਿਸਤਾਨ ਨਾਲ ਡੀਲ ਕਰਨ ਦੇ ਦਰਵਾਜ਼ੇ ਖੋਲ੍ਹ ਲਏ।
ਪਰ ਜਿਹੜਾ ਇਹਦਾ ਸਭ ਤੋਂ ਜ਼ਿਆਦਾ ਨੁਕਸਾਨ ਚਾਈਨਾ ਦੇ ਕੰਟੈਕਸਟ ਦੇ ਵਿੱਚ ਹੋ ਰਿਹਾ, ਜਿਸ ਖਬਰ ਦਾ ਮੈਂ ਜ਼ਿਕਰ ਕੀਤਾ ਕਿ ਵੀ ਜਿਹੜੀ ਇਨਵੈਸਟਮੈਂਟ ਚਾਈਨਾ ਵੱਲੋਂ ਜਿਹੜੀ ਹੈ ਭਾਰਤ ਦੇ ਵਿੱਚ ਵੱਧ ਰਹੀ ਸੀ, ਮੀਡੀਆ ਨੇ ਸਾਫ਼ ਕਰ ਦਿੱਤਾ ਕਿ ਵੀ ਜੇ ਹੁਣ ਤੁਸੀਂ ਅਮਰੀਕਾ ਦੇ ਥੱਲੇ ਲੱਗ ਕੇ ਲਿਆ ਕੇ ਇੱਥੇ ਟੈਂਕ ਖੜੇ ਕਰੋਗੇ, ਇੰਡੀਅਨ ਟੈਂਕਸ ਨੀਅਰ ਚਾਈਨਾ ਬਾਰਡਰ ਮੇ ਹਰਟ ਇਨਵੈਸਟਮੈਂਟ ਚਾਈਨੀਜ਼ ਮੀਡੀਆ ਜੀ ਕ੍ਰਿਟੀਸਾਈਜ਼ਿੰਗ ਦਾ ਰਿਪੋਰਟਡ ਡਿਪਲੋਇਮੈਂਟ ਆਫ ਬੈਟਰ ਟੈਂਕਸ ਬਾਈ ਇੰਡੀਅਨ ਆਰਮੀ ਨੀਅਰ ਦਾ ਇੰਡੋ ਚਾਈਨਾ ਬਾਰਡਰ ਚਾਈਨੀਜ਼ ਸਟੇਟ ਰਨ ਮੀਡੀਆ ਔਨ ਥਰਸਡੇ ਸੈਡ ਦੈਟ ਦਾ ਮੂਵ ਮੇ ਇਫੈਕਟ flow of Chinese investments into the country and called for joint efforts to avoid misunderstanding. ਇਹ ਚਾਈਨਾ ਦੀ ਅੰਡਰਸਟੇਟਮੈਂਟ ਹੈ ਕਿ ਭਾਈ ਸਾਂਝੀ ਆਪਾਂ ਵੀ ਤਰੀਕਾ ਲੱਭੀਏ, ਨਹੀਂ ਤਾਂ ਜਿਹੜਾ ਪੂੰਜੀ ਨਿਵੇਸ਼ ਭਾਰਤ ਦੇ ਵਿੱਚ ਹੋ ਰਿਹਾ ਉਹ ਘਟੇਗਾ. ਇਹ ਮੀਡੀਆ ਰਿਪੋਰਟ ਸਟੇਟਿੰਗ ਦੈਟ ਨੀਅਰਲੀ 100 ਇੰਡੀਅਨ ਟੈਂਕਸ, ਮੈਂ 50 ਗਿਆ ਸੀ, ਇਹ 100 ਦੀ ਫਿਗਰ ਹੈ, 100 ਇੰਡੀਅਨ ਟੈਂਕਸ ਹੈਵ ਬੀਨ ਪੋਜੀਸ਼ਨ ਨੀਅਰ ਦਾ ਇੰਡੋ ਚਾਈਨਾ ਬਾਰਡਰ ਟੂ ਕਾਊਂਟਰ ਐਨੀ ਪੋਸੀਬਲ ਥਰੈਟ grabbed people's attention more by China firms as they are looking for to increase their investment in India. An article in the state run Global Times said today, Global Times prominent akhbar hai, inada mouthpiece hai Chinese Communist Party da, unhone kaha ji jehde 100 tank le aake khade kite ne eh jehde jinna ne poonji nivesh karna hai unhan da dhyan is passe gaya. However, it is puzzling that while deploying tanks near China's border, India still strives to woo Chinese investment, it said. ਉਹਨੇ ਕਿਹਾ ਜੀ ਤੁਸੀਂ ਲਿਆ ਕੇ ਟੈਂਕ ਖੜੇ ਕਰੋ ਬਾਰਡਰ ਦੇ ਨੇੜੇ, ਫਿਰ ਤੁਸੀਂ ਆਸ ਕਰੋਗੇ ਜੀ ਤੁਹਾਨੂੰ ਜਿਹੜੇ ਨੇ ਚੀਨੀ ਜਿਹੜੇ ਅਮੀਰ ਵਪਾਰੀ ਨੇ ਉਹ ਇਨਵੈਸਟਮੈਂਟ ਕਰਨਗੇ. ਇਹ ਪਜ਼ਲਿੰਗ ਹੈ ਵੀ ਇਹ ਸਾਨੂੰ ਸਮਝ ਨਹੀਂ ਆਇਆ ਵੀ ਇਹ ਕਿਵੇਂ ਹੋ ਸਕਦਾ. ਦ ਡਿਪਲੋਇੰਗ ਆਫ ਟੈਂਕਸ ਨੀਅਰ ਦਾ ਇੰਡੋ ਚਾਈਨਾ ਬਾਰਡਰ ਮੇ ਹਿੱਟ ਏ ਨਰਵ within the Chinese business community, causing investors to weigh the threat of political instability when they make investment decision. Unne kaha ji ide naal jinne vi poonji nivesh karna hai oh dekhega ke vi je rajneetik sthirta hai te oda paisa kive safe hoega. Aur eh ik aksar international jadon tusi economics di gal karde ho ik expression badi use hundi hai. ਉਹਨਾਂ ਨੇ ਕਿਹਾ ਜੀ ਪਹਿਲਾ ਰਿਫਿਊਜੀ ਕੌਣ ਹੁੰਦਾ ਹੈ, ਉਹਨਾਂ ਨੇ ਕਿਹਾ ਜੀ ਮਨੀ ਇਜ਼ ਦਾ ਫਸਟ ਰੈਫਿਊਜੀ ਜੀ. ਮੈਂ ਵੀ ਰਿਫਿਊਜੀ ਉਹ ਹੁੰਦੇ ਨੇ ਜਿਹੜੇ ਭੱਜਦੇ ਨੇ ਆਪਣੀ ਥਾਂ ਤੋਂ. ਉਹਨਾਂ ਨੇ ਕਿਹਾ ਜੀ ਇੱਥੇ ਅਨਸਟੇਬਿਲਿਟੀ ਹੋਣੀ ਹੈ, ਉਹਦੀ ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਉੱਥੋਂ ਪੈਸਾ ਦੌੜਦਾ. ਪੈਸਾ ਹੁਣ ਆਪ ਤਾਂ ਪੈਸਾ ਨਹੀਂ ਦੌੜਦਾ, ਜਿਹਨਾਂ ਨੇ ਪੈਸਾ ਲਾਉਣਾ ਹੁੰਦਾ ਜਾਂ ਲਾਇਆ ਹੁੰਦਾ ਉਹ ਉੱਥੋਂ ਕੱਢਣਾ ਸ਼ੁਰੂ ਕਰਦੇ ਨੇ. ਇਹਦਾ ਮਤਲਬ ਹੈ ਕਿ ਮਨੀ ਇਜ਼ ਦਾ ਫਸਟ ਰੈਫਿਊਜੀ ਜੀ. ਪੈਸਾ ਨਿਕਲ ਰਿਹਾ ਹੋਏ ਸਮਝੋ ਕਿ ਉੱਥੇ ਅਨਸਟੇਬਿਲਿਟੀ ਹੈ. ਔਰ ਇਹੀ ਕਾਰਨ ਹੈ ਕਿ ਦੁਨੀਆਂ ਦੇ ਵਿੱਚ ਜਦੋਂ ਵੀ ਕੋਈ ਇਨਵੈਸਟਰ ਆਉਂਦੇ ਨੇ ਉਹ ਦੇਖਦੇ ਨੇ ਕਿ ਇਹਨਾਂ ਦਾ ਵਰਲਡ ਲੈਵਲ ਦੇ ਉੱਤੇ ਕੀ ਰੇਟਿੰਗ ਹੈ, ਕਿਸ ਲੈਵਲ ਦੇ ਉੱਤੇ ਬਿਜ਼ਨਸ. ਜਿਹੜੀਆਂ ਹੁਣ ਅਜਿਹੀਆਂ ਰਿਪੋਰਟਸ ਅਸੀਂ ਟਾਈਮ ਟੂ ਟਾਈਮ ਡਿਸਕਸ ਕਰਦੇ ਹਾਂ ਕਿ ਜੀ ਇੰਡੀਆ 90ਵੇਂ ਨੰਬਰ ਤੇ ਆ ਗਿਆ, 150 ਦੇਸ਼ਾਂ ਚੋਂ 130ਵੇਂ ਤੇ ਹੈ, ਬਿਜ਼ਨਸ ਫਰੈਂਡਲੀ ਨਹੀਂ ਹੈ. ਦੂਸਰੇ ਤੋਂ ਇਹ ਰਿਪੋਰਟਾਂ ਇਸੇ ਲਈ ਜਿਹੜੇ ਇਨਵੈਸਟਰਸ ਦੇ ਫਾਇਦੇ ਲਈ ਹੁੰਦੀਆਂ, ਕਿਉਂਕਿ ਜਿਸ ਨੇ ਪੈਸਾ ਲਾਣਾ ਹੈ ਉਹ ਇਹ ਦੇਖਦਾ ਕਿ ਭਾਈ ਮੇਰਾ ਪਹਿਲਾਂ ਤਾਂ ਮੇਰਾ ਪੈਸਾ ਸੇਫ ਹੋਏ ਲਾਇਆ, ਫਿਰ ਉਹਦੇ ਚੋਂ ਜਿਹੜਾ ਫਾਇਦਾ ਹੋਏ ਪ੍ਰੋਫਿਟ ਬਣੇ, ਫਿਰ ਇਹ ਹੈ ਕਿ ਵੀ ਉੱਥੇ ਉਹਨਾਂ ਦੀ ਸਿਕਿਉਰਿਟੀ ਹੋਏ ਜਿਹੜੇ ਲੋਕ ਆਉਂਦੇ ਜਾਂਦੇ ਨੇ. ਤੇ ਜੇ ਉੱਥੇ ਅੱਜ ਹਾਲ ਜੋ ਚੱਲ ਰਿਹਾ ਹੈ ਦਿੱਲੀ ਦਾ ਆਲਾ ਦੁਆਲਾ ਗੁੜਗਾਵਾਂ ਤੋਂ ਲੈ ਕੇ ਯੂਪੀ ਦੇ ਸਾਰੇ ਉਹ ਇਲਾਕੇ ਨੋਇਡਾ ਔਰ ਦੂਸਰੇ ਕਿ ਕਿਵੇਂ ਫਰੋਤੀਆਂ ਲਈਆਂ ਜਾਂਦੀਆਂ ਨੇ, ਕਿਵੇਂ ਜਿਸ ਕਿਸਮ ਦੀ ਗੁੰਡਾਗਰਦੀ ਅੱਜ ਉੱਥੇ ਖੜੀ ਕੀਤੀ ਗਈ ਹੈ, ਉੱਥੇ ਕੋਈ ਸੇਫ ਨਹੀਂ ਹੈ. ਹਰਿਆਣੇ ਚ ਜਾਟ ਐਜੀਟੇਸ਼ਨ ਦੇ ਦੌਰਾਨ ਜਾਂ ਉਸ ਤੋਂ ਪਹਿਲਾਂ ਵੀ ਕਿਸ ਤਰੀਕੇ ਨਾਲ ਜਿਹੜੇ ਕਾਰ ਮੈਨੂਫੈਕਚਰਿੰਗ ਯੂਨਿਟ ਸੀ
ਉਹਨਾਂ ਨੂੰ ਤਬਾਹ ਕੀਤਾ ਗਿਆ, ਲੁੱਟਿਆ ਗਿਆ, ਜਾਂ ਉਹਨਾਂ ਦੇ ਮੈਨੇਜਰਸ ਔਰ ਹਾਇਰ ਅਪਸ ਨੂੰ ਹਰਾਸ ਕੀਤਾ ਗਿਆ। ਤੇ ਹੁਣ ਜਿਸ ਤਰੀਕੇ ਨਾਲ ਦਲਿਤ ਫੈਕਟਰ ਖੜਾ ਹੋਇਆ, ਥਾਂ ਥਾਈ ਬੰਦ, ਰੈਲੀਆਂ, ਜਲਸੇ, ਔਰ ਹੋ ਸਕਦਾ ਇਹ ਆਉਣ ਵਾਲੇ ਦਿਨਾਂ ਚ ਹੋਰ ਹਿੰਸਕ ਘਟਨਾਵਾਂ ਵੀ ਹੋਣ। ਸੋ ਜ਼ਾਹਿਰ ਹੈ ਵੀ ਚਾਈਨਾ ਨੇ ਮੈਸੇਜ ਦੇ ਦਿੱਤਾ ਅੱਗੇ ਇਸ ਦੇ ਉੱਤੇ ਹੈ ਕਿ ਦੈਟ ਆਰਟੀਕਲ ਰੈਫਰਸ ਟੂ ਰਿਪੋਰਟਸ ਆਫ ਇੰਡੀਅਨ ਆਰਮੀ ਡਿਪਲੋਇਮੈਂਟ ਆਫ ਟੈਂਕਸ ਇਨ ਲੱਦਾਖ ਬਾਰਡਰ ਟੂ ਕੈਚ ਅਪ ਵਿਦ ਚਾਈਨਾਜ਼ ਅਗਰੈਸਿਵ ਮਿਲਟਰੀ ਐਂਡ ਇਨਫਰਾਸਟ੍ਰਕਚਰ ਬਿਲਡਅਪ ਅਕ੍ਰੋਸ ਦਾ ਬਾਰਡਰ। ਚਾਈਨਾ ਟੂ ਰਿਪੋਰਟਡਲੀ ਹੈਜ਼ ਮੇਜਰ ਮੈਕਨਾਈਜ਼ਡ ਯੂਨਿਟਸ ਔਨ ਇਟਸ ਸਾਈਡ ਆਫ ਦਾ ਬਾਰਡਰ ਐਂਡ ਟੈਂਕ ਡਿਪਲੋਇਮੈਂਟ ਵਾਜ ਏਮਡ ਐਟ ਇਨਸ਼ੋਰਿੰਗ ਪੈਰਿਟੀ ਦਾ ਰਿਪੋਰਟ ਸੈਡ। ਇੰਡੀਆ ਨੇ ਕਿਹਾ ਜੀ ਦੇਖੋ ਚਾਈਨਾ ਨੇ ਵੀ ਤਾਂ ਆਪਣਾ ਉੱਥੇ ਜ਼ਿਆਦਾ ਲਿਆਂਦਾ ਸੈਟਅਪ, ਅਸੀਂ ਤਾਂ ਉਹਨੂੰ ਬੈਲੈਂਸ ਕਰ ਰਹੇ ਹਾਂ। ਗਲੋਬਲ ਟਾਈਮਸ ਆਰਟੀਕਲ ਕਹਿੰਦਾ ਚਾਈਨਾ ਐਂਡ ਇੰਡੀਆ ਸ਼ੇਅਰ ਏ ਲਾਰਜ ਪੋਟੈਂਸ਼ੀਅਲ ਫਾਰ ਇਕਨੋਮਿਕ ਐਂਡ ਟ੍ਰੇਡ ਕੋਆਪਰੇਸ਼ਨ ਐਂਡ ਵਾਇਲ ਦਿਸ ਮੇ ਮੇਕ ਚਾਈਨੀਜ਼ ਐਂਟਰਪ੍ਰਾਈਜ਼ ਐਂਥੂਸੀਆਸਟਿਕ ਅਬਾਊਟ ਇਨਵੈਸਟਮੈਂਟ ਓਪਰਚੁਨਿਟੀਜ਼ ਇਨ ਇੰਡੀਅਨ ਮਾਰਕੀਟ, ਦੋਜ਼ ਫਰਮ ਸ਼ੁੱਡ ਰਿਮੇਨ ਕਾਮ ਇਨ ਦਾ ਫੇਸ ਆਫ ਇਨਵੈਸਟਿੰਗ ਰਿਸਕ। ਉਹਨਾਂ ਨੇ ਕਿਹਾ ਜੀ ਭਾਵੇਂ ਪਹਿਲਾਂ ਐਂਥੂਸੀਆਜ਼ਮ ਸੀ, ਹੁਣ ਹੋ ਸਕਦਾ ਹੈ ਕਿ ਉਹ ਬਿਲਕੁਲ ਸ਼ਾਂਤ ਹੋ ਜਾਣ। ਔਰ ਇਹ ਗਲੋਬਲ ਟਾਈਮਸ ਰਿਪੋਰਟ ਕਹਿ ਰਹੀ ਹੈ ਜਿਹੜੀ ਮਈ ਦੇ ਵਿੱਚ ਛਪੀ ਸੀ ਕਿ ਚਾਈਨਾ ਦੀ ਭਾਰਤ ਦੇ ਵਿੱਚ 2015 ਤੋਂ ਬਾਅਦ ਜਿਹੜੀ ਹੈ ਉਹ 6 ਗੁਣਾ ਜ਼ਿਆਦਾ ਜਿਹੜੀ ਹੈ ਇਨਵੈਸਟਮੈਂਟ ਵਧੀ ਹੈ। ਸੋ ਕੁੱਲ ਮਿਲਾ ਕੇ ਹੁਣ ਜੇ 6 ਗੁਣਾ ਜ਼ਿਆਦਾ ਇਨਵੈਸਟਮੈਂਟ ਜਿਹੜੀ ਹੈ ਪਿਛਲੇ 1 ਸਾਲ ਚ ਹੋਈ, ਔਰ ਹੁਣ ਤੁਸੀਂ ਟੈਂਕ ਲਿਆ ਕੇ ਔਰ ਸਾਊਥ ਚਾਈਨਾ ਸੀ ਚ ਅਮਰੀਕਾ ਦੇ ਕਹਿਣੇ ਇਲਾਕੇ ਇਹਨਾਂ ਨੂੰ ਘੇਰਨ ਦੀ ਕੋਸ਼ਿਸ਼ ਕਰੋਗੇ, ਪਰ ਮੈਂ ਇਸ ਨੂੰ ਸਿੱਖ ਨੁਕਤਾ ਨਿਗਾਹ ਤੋਂ ਇੱਕ ਪੋਜ਼ਿਟਿਵ ਡਿਵੈਲਪਮੈਂਟ ਦੇਖਦਾ ਹਾਂ, ਕਿਉਂਕਿ ਮੈਨੂੰ ਹੁਣ ਇਹ ਦਲਿਤ ਅੰਦੋਲਨ ਖੜਾ ਹੋਇਆ ਤੇ ਕਾਂਸ਼ੀ ਰਾਮ ਜਿਹੜਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਔਰ ਜਿਸਨੇ ਯੂਪੀ ਦੇ ਵਿੱਚ ਜਾ ਕੇ ਜਿਹਨੂੰ ਕਹੋ ਜੀ ਹਿਟਲੀ ਉੱਤੇ ਲਿਆਂਦੀ, ਕਿਉਂਕਿ ਵਰਸਟ ਫਾਰਮ ਚ ਉੱਥੇ ਕਾਸਟ ਸਿਸਟਮ ਜਿਵੇਂ ਉਹਨੇ ਬਹੁਜਨ ਸਮਾਜ ਪਾਰਟੀ ਆਰਗੇਨਾਈਜ਼ ਕੀਤੀ। ਇੱਕ ਵਾਰ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਾਂਸ਼ੀ ਰਾਮ ਨੂੰ ਪੁੱਛਿਆ, ਚੋਣਾਂ ਤੋਂ ਪਹਿਲਾਂ ਦੀ ਗੱਲ ਹੈ ਕਿ ਜੀ ਕੀ ਚੋਣਾਂ ਤੋਂ ਬਾਅਦ ਭਾਰਤ ਦੇ ਵਿੱਚ ਸਥਿਰ ਸਰਕਾਰ ਬਣੇਗੀ, ਤੇ ਉਹਨੇ ਹੱਸ ਕੇ ਕਿਹਾ ਉਹਨੂੰ ਪੱਤਰਕਾਰ ਨੂੰ, ਉਹਨੇ ਕਿਹਾ ਜੀ ਤੈਨੂੰ ਕਿਹਨੇ ਕਿਹਾ ਵੀ ਅਸੀਂ ਉੱਥੇ ਸਥਿਰ ਸਰਕਾਰ ਚਾਹੁੰਦੇ। ਜੀ ਜੀ ਪੱਤਰਕਾਰਾਂ ਚ ਸਨਾਟਾ ਜਿਹਾ ਛਾ ਗਿਆ। ਫਿਰ ਉਹਨੇ ਅੱਗੋਂ ਗੱਲ ਤੋਰੀ, ਉਹਨੇ ਕਿਹਾ ਜੀ ਸਥਿਰ ਸਰਕਾਰ ਦਾ ਮਤਲਬ ਹੈ ਦਲਿਤਾਂ ਦਾ ਔਰ ਘੱਟ ਗਿਣਤੀਆਂ ਦਾ ਜਿਹੜਾ ਸ਼ੋਸ਼ਣ, ਉਹਨਾਂ ਦੀ ਐਕਸਪਲੋਇਟੇਸ਼ਨ। ਔਰ ਕਹਿੰਦਾ ਜਦੋਂ ਸਥਿਰ ਨਹੀਂ ਹੋਏਗੀ, ਕਿਸੇ ਕੋਲ ਮੈਜੋਰਿਟੀ ਨਹੀਂ ਹੋਏਗੀ, ਇਹ ਉਹ ਹੈ ਜਿਹਦੇ ਚ ਘੱਟ ਗਿਣਤੀਆਂ ਦੀ ਔਰ ਦਲਿਤਾਂ ਦੀ ਸੁਣੀ ਜਾਏਗੀ। ਸੋ ਮੈਂ ਸਮਝਦਾ ਵੀ ਕਿਸ ਲੈਵਲ ਦੀ ਵਿਜਡਮ ਹੈ, ਜਦੋਂ ਸਟੇਬਲ ਦਾ ਮਤਲਬ ਹੈ ਵੀ ਅਲਟੀਮੇਟਲੀ ਹਾਈ ਕਾਸਟ ਬਹੁ ਗਿਣਤੀ ਵਾਲੇ ਡੋਮੀਨੇਟ ਕਰਦੇ ਨੇ, ਉਹਨਾਂ ਨੂੰ ਲੋੜ ਹੀ ਨਹੀਂ ਹੈ ਦਲਿਤਾਂ ਦੀ ਜਾਂ ਮਾਈਨੋਰਿਟੀਜ਼ ਦੀ। ਸੋ ਇਸੇ ਤਰ੍ਹਾਂ ਜਿਹੜੀ ਡਿਵੈਲਪਮੈਂਟ ਚਾਈਨਾ ਦੇ ਨਾਲ ਹੈ ਜਾਂ ਜੋ ਕਸ਼ਮੀਰ ਦੇ ਵਿੱਚ ਚੱਲ ਰਿਹਾ ਹੈ, ਔਰ ਇਸ ਵੇਲੇ ਜਿਹੜਾ ਵਪਾਰੀ ਨਵਾਜ਼ ਸ਼ਰੀਫ ਇੱਕ ਕਿਸਮ ਦਾ ਇੱਕ ਸਟੇਜ ਤੇ ਲੱਗਦਾ ਸੀ ਕਿ ਜੀ ਸ਼ਾਇਦ ਯੀਲਡ ਕਰ ਜਾਏ, ਇਹ ਹੁਣ ਟ੍ਰੇਡ ਰਾਊਟ ਇੰਡੀਆ ਨੂੰ ਦੇ ਦੇ ਜਿਹੜਾ ਸੈਂਟਰਲ ਏਸ਼ੀਆ ਤੱਕ ਜਾਣ ਦਾ, ਪਰ ਜਿਵੇਂ ਕਸ਼ਮੀਰੀ ਖਲੋਤੇ ਨੇ ਪਾਕਿਸਤਾਨ ਦੀ ਮਜਬੂਰੀ ਬਣ ਗਈ ਕਿ ਉਹਨਾਂ ਨੂੰ ਸਰਕਾਰੀ ਲੈਵਲ ਤੇ, ਲੋਕ ਤਾਂ ਚਲੋ ਹਮੇਸ਼ਾ ਹੀ ਲੋਕਾਂ ਦੇ ਨਾਲ ਖਲੋਂਦੇ ਨੇ, ਪਰ ਨਤੀਜੇ ਦੇ ਤੌਰ ਤੇ ਹੁਣ ਨਵਾਜ਼ ਸ਼ਰੀਫ ਨੇ ਮੰਗ ਕੀਤੀ ਹੈ, ਅੱਜ ਉਹਦੀ ਸਟੇਟਮੈਂਟ ਸੀ ਕਿ ਜੀ ਭਾਰਤ ਜਿਹੜਾ ਉਹ ਕਸ਼ਮੀਰ ਦੇ ਵਿੱਚ ਰਾਏਸ਼ੁਮਾਰੀ ਕਰਵਾਏ, ਪਲੇਬਿਸਾਈਟ ਕਰਵਾਏ, ਔਰ ਪਾਕਿਸਤਾਨ ਦੇ ਜਿਹੜੇ ਐਡਵਾਈਜ਼ਰ ਹੈ ਫੋਰਨ ਅਫੇਅਰ ਸਰਤਾਜ ਅਜ਼ੀਜ਼, ਉਸ ਨੇ ਵੀ ਬੜੀ ਮਜ਼ਬੂਤੀ ਨਾਲ ਕਿਹਾ, ਉਹਨੇ ਕਿਹਾ ਜੀ ਅਸੀਂ ਇੰਟਰਨੈਸ਼ਨਲ ਲੈਵਲ ਤੇ ਡਿਪਲੋਮੈਟਿਕ ਹੈਲਪ, ਮੋਰਲ ਹੈਲਪ, ਹਿਊਮਨ ਰਾਈਟਸ ਇਸ਼ੂ ਤੇ ਹੈਲਪ ਕਰਾਂਗੇ।
ਸੋ ਜਿਹੜੇ ਪਾਕਿਸਤਾਨ ਨਾਲ ਇਹਨਾਂ ਦੇ ਕੋਈ ਸੰਬੰਧ ਸੁਧਰਨ ਦੀ ਲਾਈਨ ਸੀ ਉਸ ਦੇ ਉਲਟ ਪਾਕਿਸਤਾਨ ਨੂੰ ਵੀ ਕਸ਼ਮੀਰੀਆਂ ਦੇ ਉਸ ਜਾਓ ਜਲਾਲ ਦੇ ਸਾਹਮਣੇ ਜਿਹੜਾ ਉਹ ਐਗਰੈਸਿਵ ਸਟੈਂਸ ਲੈਣਾ ਪਿਆ। ਔਰ ਚਾਈਨਾ ਦੇ ਨਾਲ ਜਦੋਂ ਇਹਨਾਂ ਨੇ ਹੁਣ ਛੇੜਖਾਨੀ ਸ਼ੁਰੂ ਕੀਤੀ ਹੈ, ਚਾਈਨਾ ਨੇ ਦੋਨੋਂ ਪਾਸਿਓਂ ਹੀ ਜਿਹੜਾ ਉਹ ਹਾਰਡ ਲਾਈਨ ਲੈ ਲਈ ਨਿਊਕਲੀਅਰ ਸਪਲਾਇਰ ਗਰੁੱਪ ਦੀ ਮੈਂਬਰੀ ਤੋਂ ਵੀ, ਔਰ ਇੱਧਰ ਜਿਹੜਾ ਉਹਨਾਂ ਨੇ ਇਹਨਾਂ ਨੂੰ ਇਹ ਮੈਸੇਜ ਵੀ ਦੇ ਦਿੱਤਾ ਕਿ ਬਈ ਇੱਥੇ ਇਨਵੈਸਟਮੈਂਟ ਨਹੀਂ ਹੋਏਗੀ। ਸੋ ਇਹਦੇ ਨਾਲ ਕੀ ਹੈ ਵੀ ਚਾਈਨਾ ਪਾਕਿਸਤਾਨ ਰਿਲੇਸ਼ਨਸ਼ਿਪ ਆਲਰੇਡੀ ਉਹਨਾਂ ਦੀ 360 ਬਿਲੀਅਨ ਡਾਲਰ ਦੀ ਚਾਈਨਾ ਜਿਹੜੀ ਸਿਲਕ ਰਾਊਟ ਬਣਾ ਰਿਹਾ ਪਾਕਿਸਤਾਨ ਚ ਹੈਵੀ ਇਨਵੈਸਟਮੈਂਟ ਦੂਜੇ ਤੀਜੇ, ਤਦੋਂ ਇਹ ਆਪਣੇ ਗੁਆਂਢੀਆਂ ਦੇ ਨਾਲ ਵਿਗੜਦੇ ਨੇ ਜਾਂ ਵਿਗੜਨਗੇ ਅੱਗੋਂ। ਸੋ ਜੇ ਕੋਈ ਸਾਡਾ ਭਲਾ ਹੋਣਾ ਕਿਸੇ ਸਟੇਜ ਤੇ ਚਾਈਨਾ ਨੂੰ, ਜੇ ਹੁਣ ਭਾਰਤ ਚਾਈਨਾ ਦੀ ਅੱਖ ਦੇ ਵਿੱਚ ਉਂਗਲ ਮਾਰ ਰਿਹਾ, ਪਹਿਲਾਂ ਹੀ ਦਲਾਈ ਲਾਮੇ ਨੂੰ ਲਿਆ ਕੇ ਧਰਮਸ਼ਾਲਾ ਬਿਠਾਇਆ ਹੋਇਆ, ਤੇ ਫਿਰ ਚਾਈਨਾ ਕੀ ਕਰੇ ਅਲਟੀਮੇਟਲੀ? ਜੇ ਉਹਨੂੰ ਵੀ ਕਰਨਾ ਪਿਆ ਜੋ ਕੁਛ ਭਾਰਤ ਦਲਾਈ ਲਾਮੇ ਦੇ ਰੂਪ ਚ ਅੱਗੇ ਕਰਕੇ ਕਰ ਰਿਹਾ ਚਾਈਨਾ ਦੇ ਲਈ, ਫਿਰ ਉਹ ਆਲਰੇਡੀ ਨੇਪਾਲ ਚਾਈਨਾ ਦੇ ਬਲੌਕ ਚ ਹੈ, ਭਾਵੇਂ ਇੰਡੀਆ ਨੇ ਪਿਛਲੇ ਪੀਰੀਅਡ ਹੁਣ ਦੁਬਾਰਾ ਉੱਥੇ ਸਰਕਾਰ ਅਨਸਟੇਬਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਕੁੱਲ ਮਿਲਾ ਕੇ ਮੈਨੂੰ ਇਹ ਲੱਗਦਾ ਹੈ ਕਿ ਵੀ ਜਿਵੇਂ ਇਹਨਾਂ ਦੇ ਆਪਣੇ ਹੀ ਬ੍ਰਾਹਮਣਾਂ ਦਾ ਇਹ ਸਲੋਕ ਘੜਿਆ ਹੋਇਆ ਹੈ ਕਿ ਵਿਨਾਸ਼ ਕਾਲੇ ਵਿਪਰੀਤ ਬੁੱਧੇ, ਕਿ ਜਦੋਂ ਬੰਦੇ ਦਾ ਵਿਨਾਸ਼ ਆਉਂਦਾ ਹੈ, ਉਸਦੀ ਤਬਾਹੀ ਆਉਂਦੀ ਹੈ, ਉਸਦੀ ਅਕਲ ਪੁੱਠੀ ਹੋ ਜਾਂਦੀ। ਤਾਂ ਅਸੀਂ ਸਮਝਦੇ ਹਾਂ ਕਿ ਇਹ ਜਿਹੜਾ 56 ਇੰਚ ਦੀ ਛਾਤੀ ਵਾਲਾ ਮੋਦੀ, ਜਿਸ ਨੇ ਆ ਕੇ ਜਿਸ ਤਰੀਕੇ ਦੀ ਐਗਰੈਸਿਵ ਡਿਪਲੋਮੇਸੀ, ਬੈਠਾ ਹੀ ਨਹੀਂ ਹੈ ਟਿਕ ਕੇ, ਉਹ ਜਿੱਥੇ ਗਿਆ ਬਾਹਰ ਹੀ ਤੁਰਿਆ ਫਿਰਦਾ ਰਿਹਾ, ਸਗੋਂ ਕਾਰਟੂਨ ਬਣੇ ਤੇ ਜੋ ਬਾਹਰਲੇ ਦੌਰੇ ਤੇ ਆਇਆ ਕਿਤੇ ਡਰੰਮ ਵਜਾ ਰਿਹਾ, ਕਸ਼ਮੀਰ ਚ ਫੌਜ ਲੋਕਾਂ ਨੂੰ ਗੋਲੀਆਂ ਨਾਲ ਭੁੰਨ ਰਹੀ ਸੀ, ਅੰਨੇ ਕਰ ਰਹੀ ਸੀ, ਤੇ ਤਨਜ਼ਾਨੀਆ ਚ ਡਰੰਮ ਵਜਾ ਰਿਹਾ ਸੀ ਬੈਠਾ। ਤੇ ਫਿਰ ਉਹ ਹੁੰਦਾ ਹੈ ਕਿ ਜੀ ਮੋਦੀ ਜੀ ਘਰ ਵਾਪਸ ਕਬ ਆਉਣਾ ਹੈ? ਸੋ ਜ਼ਾਹਿਰ ਹੈ ਕਿ ਵੀ ਇਹਦੀ ਡਿਪਲੋਮੇਸੀ ਦਾ ਵੀ ਜਨਾਜ਼ਾ ਨਿਕਲਿਆ, ਔਰ ਗੁਆਂਢੀਆਂ ਦੇ ਨਾਲ ਜਿਸ ਕਿਸਮ ਦਾ ਇਹਨੇ ਵਰਤਾਰਾ ਰੱਖਿਆ ਉਸ ਦਾ ਨਤੀਜਾ ਕਿ ਇਸ ਵੇਲੇ ਚਾਈਨਾ, ਪਾਕਿਸਤਾਨ, ਨੇਪਾਲ ਔਰ ਜੋ ਕੁਛ ਬੰਗਲਾਦੇਸ਼ ਦੇ ਵਿੱਚ ਹੋ ਰਿਹਾ, ਭਾਵੇਂ ਬੰਗਲਾਦੇਸ਼ ਚ ਇੰਡੀਆ ਨੇ ਪੂਰਾ ਆਪਣੀ ਫਰੈਂਡਲੀ ਜਿਹੜੀ ਹੈ ਉਹ ਸਰਕਾਰ ਬਣਵਾਈ ਉੱਥੇ ਉਹਦੀ ਸ਼ੇਖ ਮੁਜੀਬੁਰ ਰਹਿਮਾਨ ਦੀ ਡਾਟਰ ਸ਼ੇਖ ਹਸੀਨਾ ਰਾਹੀਂ, ਲੇਕਿਨ ਉੱਥੇ ਦੁਬਾਰਾ ਇੱਕ ਪੂਰਾ ਜ਼ੋਰਦਾਰ ਹਿੰਸਕ ਮਾਹੌਲ ਬਣਿਆ ਔਰ ਥਾਂ ਥਾਈ ਜਿਹੜੀ ਹੈ ਉਸ ਕਿਸਮ ਦੀ ਲਾਈਨ ਜਿਹੜੀ ਹੈ ਖੜੀ ਹੋਈ ਹੈ। ਸ੍ਰੀਲੰਕਾ ਚ ਇੰਡੀਆ ਨੇ ਆਪਣੀ ਰੋ ਦੇ ਰਾਹੀਂ ਪਿਛਲੀਆਂ ਇਲੈਕਸ਼ਨਾਂ ਚ ਜਿਹੜੀ ਪ੍ਰੋ ਚਾਈਨਾ ਗਵਰਨਮੈਂਟ ਸੀ ਉਸ ਦਾ ਤਖਤਾ ਪਲਟਿਆ, ਲੇਕਿਨ ਇਸ ਦੇ ਉੱਤੇ ਵੀ ਇੱਕ ਲੰਬੀ ਚੌੜੀ ਲਿਖਤ ਆਈ ਹੈ ਕਿ ਜਿਹੜੀ ਹੁਣ ਨਵੀਂ ਹਕੂਮਤ ਵੀ ਉੱਥੇ ਬਣੀ ਹੈ, ਭਾਵੇਂ ਇੰਡੀਅਨ ਏਜੰਸੀਆਂ ਨੇ ਬਣਾਈ, ਉਹਨਾਂ ਦੀ ਵੀ ਮਜਬੂਰੀ ਬਣ ਗਈ ਹੈ ਕਿ ਉਹ ਜਿਹੜੀ ਉਹਨਾਂ ਨੇ ਪੋਰਟ ਚਾਈਨਾ ਨੂੰ ਪਹਿਲਾਂ ਦਿੱਤੀ ਸੀ, ਪਹਿਲੀ ਗਵਰਨਮੈਂਟ ਨੇ ਇਹਨਾਂ ਨੇ ਆ ਕੇ ਰੁਕਵਾ ਦਿੱਤੀ ਸੀ, ਉਹਨਾਂ ਨੂੰ ਵੀ ਲੱਗਦਾ ਕਿ ਵੀ ਇਹ ਭਾਰਤ ਵਾਲੇ ਗੱਲਾਂ ਜ਼ਬਾਨੀ ਕਲਾਮੀ ਜ਼ਿਆਦਾ ਕਰਦੇ ਨੇ, ਪੈਸੇ ਦਾ ਟੇਬਲ ਤੇ ਰੱਖਦੇ ਨੇ। ਸੋ ਉਹਨਾਂ ਨੇ ਵੀ ਚਾਈਨਾ ਨੂੰ ਉਹ ਜਿਹੜੀ ਪੋਰਟ ਜਿਹੜੀ ਕਿ ਜਿਸ ਦੇ ਉੱਤੇ ਕੰਸਟਰਕਸ਼ਨ ਰੋਕੀ ਸੀ ਉਹ ਉਹਨਾਂ ਨੇ ਉਹਨਾਂ ਨੂੰ ਅਲਾਅ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਕਿ ਭਾਰਤੀ ਆਪਣੇ ਜਾਲ ਵਿੱਚ ਖੁਦ ਹੀ ਫਸੇ ਨੇ ਸ੍ਰੀਲੰਕਾ ਦੇ ਮਾਮਲੇ ਚ ਔਰ ਨੇਪਾਲ ਦੇ ਵਿੱਚ ਇਹਨਾਂ ਦੀ ਐਰੋਗੈਂਸ, ਜਿਸ ਕਿਸਮ ਦਾ ਇਹਨਾਂ ਨੇ ਬਿਲਕੁਲ ਧੱਕੇ ਨਾਲ ਨੇਪਾਲ ਦੇ ਉੱਤੇ ਆਪਣਾ ਹਿੰਦੂਤਵ ਦਾ ਕਨਸਟੀਟਿਊਸ਼ਨ ਥੋਪਣਾ ਚਾਹਿਆ ਜਿਹਨੂੰ ਉਹਨਾਂ ਨੇ ਰਜਿਸਟ ਕੀਤਾ, ਚਾਈਨਾ ਔਰ ਪਾਕਿਸਤਾਨ ਦੇ ਨਾਲ ਇਹਨਾਂ ਨੇ ਜਿਸ ਕਿਸਮ ਦਾ ਖਾਸ ਤੌਰ ਤੇ ਚਾਈਨਾ ਨਾਲ ਅਮਰੀਕਾ ਦੀ ਸ਼ਹਿ ਦੇ ਉੱਤੇ ਵਿਗਾੜ ਪੈਦਾ ਕੀਤਾ, ਸੋ ਇਹ ਸਾਰੇ ਟੋਏ ਇਹਨਾਂ ਨੇ ਪੱਟੇ ਨੇ ਆਪ ਹੀ ਔਰ ਇਹ ਇਸ ਟੋਏ ਦੇ ਵਿੱਚ ਡਿੱਗਣਗੇ ਔਰ ਇਸ ਚੋਂ ਹੀ ਕੋਈ ਸਾਡਾ ਵੀ ਭਲਾ ਨਿਕਲੇਗਾ, ਸਾਡੇ ਕੌਮੀ ਸੰਘਰਸ਼ ਦੀ ਵੀ ਕਦੇ ਜਿਹੜੀ ਹੈ ਉਹ ਪੇਸ਼ਕਦਮੀ ਹੋਏਗੀ। ਸੋ
ਇਹੀ ਅੱਜ ਦਾ ਮੈਨੂੰ ਮੁੱਖ ਵਿਚਾਰ ਜਾਪਿਆ ਜਿਹੜਾ ਕਿ ਮੈਂ ਸਾਂਝਾ ਕੀਤਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਹਾਡੇ ਨਾਲ ਫਿਰ ਆਪਾਂ ਰਾਬਤਾ ਕਰਾਂਗੇ ਬ੍ਰੇਕ ਤੋਂ ਬਾਅਦ। ਦਰਸ਼ਕੋ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।